ਇੱਕ ਸੀਟਰ ਤੋਂ ਲੈ ਕੇ 12 ਸੀਟਰ ਤੱਕ 850 ਰੁਪਈਆ ਸੀਟ ਦਾ ਜੋ ਪ੍ਰਤੀ ਸੀਟ ਟੈਕਸ ਸੀ ਪੰਜਾਬ ਦੇ ਵਿੱਚ, ਜਦੋਂ ਹੀ 12 ਦੀ ਅਸੀਂ ਕਰੋਸਿੰਗ ਕਰਦੇ ਸੀ 13+1 14+1 ਜਾਂ 17+1 ਉਹ ਬੱਸ ਵਾਲੀ ਕੈਟਾਗਰੀ ਚਲੇ ਜਾਂਦਾ ਸੀ, ਜਿਸ ਦਾ ਟੈਕਸ ਸੀ 7825 ਰੁਪਈਏ ਸੀਟ ਦਾ, ਜਿਸ ਦੇ ਚੱਲਦਿਆਂ ਪਿਛਲੇ ਲੰਬੇ ਸਮੇਂ ਤੋਂ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਹੇਠਾਂ ਪੰਜਾਬ ਦੇ ਲੋਕ ਸੰਘਰਸ਼ਸ਼ੀਲ ਰਹੀ ਆ ਆਜ਼ਾਦ ਟੈਕਸੀ ਯੂਨੀਅਨ। ਕਿਵੇਂ ਦੇਖਦੇ ਹੋ ਜੀ, ਕਿਤੇ ਨਾ ਕਿਤੇ ਮਾਨ ਸਰਕਾਰ ਨੇ ਜੋ ਫੈਸਲਾ ਲਿਆ ਤਾਂ ਉਹਨਾਂ ਨੇ ਬਾਕੀ ਸੂਬਿਆਂ ਦੇ ਮੁਕਾਬਲੇ ਉਹਨਾਂ ਨੇ ਕਟੌਤੀ ਦਾ ਜਿਹੜਾ ਐਲਾਨ ਕਰ ਦਿੱਤਾ? ਦੇਖੋ, ਦੇਸ਼ ਵਿਦੇਸ਼ 'ਚ ਵੱਸਦੇ ਪੰਜਾਬੀਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਧੰਨਵਾਦ ਤੁਹਾਡੇ ਚੈਨਲ ਦਾ। ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਦਿੱਕਤਾਂ ਪਰੇਸ਼ਾਨੀਆਂ ਕੀ ਸੀ। ਇੱਕ ਸੀਟਰ ਤੋਂ ਲੈ ਕੇ 12 ਸੀਟਰ ਤੱਕ 850 ਰੁਪਈਆ ਸੀਟ ਦਾ ਜੋ ਪ੍ਰਤੀ ਸੀਟ ਟੈਕਸ ਸੀ ਪੰਜਾਬ ਦੇ ਵਿੱਚ, ਜਦੋਂ ਹੀ 12 ਦੀ ਅਸੀਂ ਕਰੋਸਿੰਗ ਕਰਦੇ ਸੀ 13+1 14+1 ਜਾਂ 17+1 ਉਹ ਬੱਸ ਵਾਲੀ ਕੈਟਾਗਰੀ ਚਲੇ ਜਾਂਦਾ ਸੀ, ਜਿਸ ਦਾ ਟੈਕਸ ਸੀ 7825 ਰੁਪਈਏ ਸੀਟ ਦਾ, ਜਿਸ ਦੇ ਚੱਲਦਿਆਂ ਪਿਛਲੇ ਲੰਬੇ ਸਮੇਂ ਤੋਂ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਹੇਠਾਂ ਪੰਜਾਬ ਦੇ ਲੋਕ ਸੰਘਰਸ਼ਸ਼ੀਲ ਰਹੀ ਆ ਆਜ਼ਾਦ ਟੈਕਸੀ ਯੂਨੀਅਨ ਪੰਜਾਬ, ਉਸ ਦੇ ਬੈਨਰ ਹੇਠਾਂ ਸਾਡੀਆਂ ਡਿਮਾਂਡਾਂ ਅਲੱਗ ਅਲੱਗ ਮੁੱਦਿਆਂ ਨੂੰ ਲੈ ਕੇ, ਸਭ ਤੋਂ ਵੱਡੀਆਂ ਡਿਮਾਂਡਾਂ ਜਿਹੜੀਆਂ ਨੇ ਇਹ ਸੀਗੀਆਂ ਵੀ ਟੂਰਿਸਟ ਵਾਹਨਾਂ ਦਾ, ਜਿਵੇਂ ਨਾਲ ਦੀਆਂ ਸਟੇਟਾਂ ਦੇ ਵਿੱਚ, ਨਾਲ ਦੀ ਸਟੇਟਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਟੂਰਿਸਟ ਵਹੀਕਲਾਂ ਦੀ, ਸਾਡੇ 100 'ਚ ਵੀ ਨਹੀਂ ਸੀ। ਉਸ ਨੂੰ ਲੈ ਕੇ ਸਭ ਤੋਂ ਅਹਿਮ ਰੋਲ ਜਿਹੜਾ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਜੀ ਦਲਰਾਜ ਸਿੰਘ ਸੰਧੇਵਾਲੀਆ ਸਾਹਿਬ, ਉਹਨਾਂ ਨੇ ਇੱਕ ਕਮੇਟੀ ਦਾ ਗਠਨ ਕੀਤਾ ਸਟੇਟ ਟਰਾਂਸਪੋਰਟ ਕਮਿਸ਼ਨਰ ਜੀ ਦੀ, ਉਸ ਤੋਂ ਬਾਅਦ STA ਪੰਜਾਬ ਰਣਪ੍ਰੀਤ ਭਿਓਰਾ ਜੀ, ਉਸ ਤੋਂ ਬਾਅਦ ਉਹਦੇ ਕਮੇਟੀ ਦੇ ਵਿੱਚ ਰਵਿੰਦਰ ਸਿੰਘ ਗਿੱਲ ਜੀ, ਅਲੋਕ ਪ੍ਰਭਾਕਰ ਜੀ ਜੋ ਕਿ DSF ਜੋ ਕਿ ਫਾਈਨਾਂਸ ਦਾ ਡਿਪਾਰਟਮੈਂਟ ਦੇਖਦੇ ਆ, ਸੋ ਇੱਕ ਕਮੇਟੀ ਦੇ ਗਠਿਤ ਨਾਲ ਉਹਨਾਂ ਨੇ ਪੂਰੀ ਮਿਹਨਤ ਕਰੀ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਜਿਹੜੀ ਕਿ ਡਿਮਾਂਡ ਸੀ, ਮੀਟਿੰਗਾਂ ਹੋਈਆਂ 5-6 ਮੀਟਿੰਗਾਂ ਹੋਈਆਂ, ਮੁੱਦਾ ਵੀ ਰੱਖਦਾ ਵੀ ਸਾਡਾ ਕੀ ਫਾਇਦਾ, ਵੀ ਤੁਸੀਂ ਆਪਦਾ ਫਾਇਦਾ ਦੇਖ ਰਹੇ ਹੋ, ਸਾਡਾ ਕੀ ਫਾਇਦਾ। ਜਦੋਂ ਮੀਟਿੰਗਾਂ ਦੇ ਵਿੱਚ ਸਾਰੇ ਅਫਸਰ ਉਹਨਾਂ ਦੇ ਬੈਠਦੇ ਸੀ, ਸਰਕਾਰ ਨੂੰ ਉਹਨਾਂ ਨੇ ਇੱਕ ਮੈਮੋਰੈਂਡਮ ਦਿੱਤਾ ਬਣਾ ਕੇ ਵੀ ਬਿਲਕੁਲ ਇਹ ਲੌਸ ਹੋ ਰਿਹਾ, ਸੂਬੇ ਦਾ ਵੀ ਲੌਸ ਹੋ ਰਿਹਾ ਅਤੇ ਟਰਾਂਸਪੋਰਟਰਾਂ ਦਾ ਵੀ ਲੌਸ ਹੋ ਰਿਹਾ, ਜਿਹਦੇ 'ਚ ਕਿ ਬੱਸਾਂ ਜਿਹੜੀਆਂ, ਚਾਹੇ ਕੋਈ ਬੱਸ ਆਪਰੇਟਰ ਆ ਚਾਹੇ ਕੋਈ 17-ਸੀਟਰ ਟੈਂਪੂ ਟਰੈਵਲ ਆ, ਉਹ ਬਾਹਰਲੇ ਸੂਬਿਆਂ 'ਚ ਰਜਿਸਟਰਡ ਹੋ ਰਿਹਾ। ਇੱਕ ਰਜਿਸਟਰਡ ਜਿਹੜਾ ਵਾਹਨ ਦਾ ਮਤਲਬ ਥੋੜ੍ਹਾ ਜਿਹਾ ਸਮਝਾਓਗੇ, ਕਿਹੜੀਆਂ ਜਿਹੜੀਆਂ ਗੱਡੀਆਂ ਨੂੰ ਛੋਟ ਮਿਲੀ ਹੈ ਔਰ ਕੀ ਮਸਲਾ ਪੂਰਾ ਕੀ ਸੀਗਾ? ਦੇਖੋ, ਛੋਟ ਇਹ 13 ਤੋਂ ਜਿਹੜੀ ਸਲੈਬਾਂ ਬਣੀਆਂ ਨੇ, ਹੁਣ ਜਿਵੇਂ ਦੇਖੋ ਵੀ ਆਹ 13+1 ਗੱਡੀ ਖੜੀ ਆ, ਆਹ 13-ਸੀਟਰ ਗੱਡੀ ਆ, ਇਸਦਾ ਪੰਜਾਬ 'ਚ ਰਜਿਸਟਰਡ ਨਹੀਂ ਸੀ ਹੁੰਦਾ। ਇਹ 17-ਸੀਟਰ ਗੱਡੀ ਆ, ਇਹ ਵੀ ਨਹੀਂ ਸੀ ਰਜਿਸਟਰਡ ਹੁੰਦਾ ਪੰਜਾਬ 'ਚ, ਕਿਉਂਕਿ ਟੈਕਸ ਦੀ ਜਿਹੜੀ ਰੇਸ਼ੋ ਸੀ 13 ਤੋਂ ਲੈ ਕੇ 40 ਸੀਟਾਂ ਤੱਕ 7825 ਰੁਪਈਏ ਸੀਟ ਫਲੈਟ ਟੈਕਸ ਸੀ। ਆਹ ਜਿਹੜੀ ਗੱਡੀ ਖੜੀ ਆ ਇਹ ਵੀ 17-ਸੀਟਰ ਆ, ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਰਜਿਸਟਰਡ ਹੁੰਦੇ ਸੀ। ਆਲ ਇੰਡੀਆ ਟੂਰਿਸਟ ਪਰਮਿਟ ਜਿਹੜੀ 2021 ਦੀ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦੀ ਪਾਲਿਸੀ ਆ, ਉਸ ਤੋਂ ਬਾਅਦ ਕਿਉਂਕਿ ਇੱਕ ਦੇਸ਼ ਇੱਕ ਟੈਕਸ ਦਾ ਜਿਹੜਾ ਨਾਰਾ ਸੀ ਕੇਂਦਰ ਸਰਕਾਰ ਦਾ, ਜਿੱਥੇ ਕਿ NP ਪਰਮਿਟ 2011 ਦੇ ਵਿੱਚ ਟਰੱਕਾਂ ਨੂੰ ਮਿਲਿਆ, ਟਰੱਕਾਂ ਨੂੰ NP ਪਰਮਿਟ ਮਿਲਿਆ 2011 ਦੇ ਵਿੱਚ, ਉਹ ਇੱਕ ਟੈਕਸ ਆਪਣੀ ਸਟੇਟ ਨੂੰ ਦੇ ਰਹੇ, 16,500 ਭਰ ਕੇ ਪੂਰੇ ਇੰਡੀਆ ਨੂੰ ਜਾ ਰਹੇ ਆ। ਉਸ ਤਰ੍ਹਾਂ ਹੀ 2021 ਤੋਂ ਬਾਅਦ ਅਸੀਂ ਵੀ ਟੈਕਸ ਜਿਹੜਾ ਆਪਣੀ ਸਟੇਟ ਨੂੰ ਦੇ ਕੇ ਅਤੇ ਉਸ ਤੋਂ ਬਾਅਦ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਨੂੰ ਦੇ ਕੇ ਪੂਰੇ ਇੰਡੀਆ ਨੂੰ ਅਸੀਂ ਜਾਂਦੇ ਸੀ। ਅਤੇ ਇਹਦੇ ਨਾਲ ਹੁਣ ਜਿਹੜਾ ਇਹ ਕੰਮ ਹੋਇਆ, ਜਿੱਥੇ ਪੰਜਾਬ ਦੇ ਟਰਾਂਸਪੋਰਟਰਾਂ ਦਾ ਫਾਇਦਾ ਹੋਇਆ, ਉੱਥੇ ਸਰਕਾਰ ਦਾ ਜਿਹੜਾ ਮਾਲੀ
ਵਾਧਾ ਹੋਵੇਗਾ ਇਸ ਦੇ ਵਿੱਚ। ਜੀ ਸਾਹਿਬ, ਇੱਕ ਹੋਰ ਥੋੜ੍ਹਾ ਜਿਹਾ ਨੋਟ ਕੀਤਾ, ਪੰਜਾਬ ਦਾ ਜਿਹੜਾ ਟੈਕਸ ਉਹ ਸਭ ਤੋਂ ਵੱਧ ਸੀ, ਹਰਿਆਣਾ ਦਾ, ਹਿਮਾਚਲ ਦਾ ਟੈਕਸ ਸਭ ਤੋਂ ਘੱਟ ਸੀ, ਤਾਂ ਜ਼ਿਆਦਾਤਰ ਗੱਡੀਆਂ ਇੱਥੋਂ ਖਰੀਦੀਆਂ ਜਾਂਦੀਆਂ ਸੀਗੀਆਂ ਅਤੇ ਜਾ ਕੇ ਰਜਿਸਟਰਡ ਉੱਧਰ ਹੁੰਦੀਆਂ ਸੀ। ਦੇਖੋ, ਉਹ ਵੀ ਤੁਹਾਨੂੰ ਮੈਂ ਦੱਸਦਾ, ਜਿਹੜਾ ਗੱਡੀਆਂ ਚਾਹੇ ਉਰੋਂ ਖਰੀਦਦੇ ਸੀ ਚਾਹੇ ਹਰਿਆਣੇ ਤੋਂ ਖਰੀਦਦੇ ਸੀ, ਰਜਿਸਟਰਡ ਉੱਥੇ ਹੁੰਦੀਆਂ ਸੀ ਜਾਂ ਕਿਸੇ ਵੀ ਸੂਬੇ 'ਚ ਹੁੰਦੀਆਂ ਸੀ। 2022 'ਚ ਜਿਹੜੀ GST ਦੀ ਪੋਲਿਸੀ ਆ ਉਹਦੇ 'ਚ ਵੀ ਕਈ ਉਹਨਾਂ ਨੇ ਸੋਧਾਂ ਕੀਤੀਆਂ। ਹਰਿਆਣੇ 'ਚੋਂ ਅਸੀਂ ਗੱਡੀ ਖਰੀਦੀ, ਪੰਜਾਬ 'ਚ ਰਜਿਸਟਰਡ ਕਰਾ ਰਹੇ ਹਾਂ, ਉਹ GST ਪੰਜਾਬ ਸਰਕਾਰ ਨੂੰ ਆ ਰਿਹਾ। ਜੇ ਪੰਜਾਬ 'ਚੋਂ ਗੱਡੀ ਖਰੀਦ ਕੇ ਅਸੀਂ ਹਰਿਆਣੇ 'ਚ ਰਜਿਸਟਰਡ ਕਰਾ ਰਹੇ ਹਾਂ, ਉਹ GST ਹਰਿਆਣੇ ਨੂੰ ਜਾ ਰਿਹਾ, ਸਾਡਾ GST ਵੀ ਚਲੇ ਗਿਆ, ਸਾਡਾ ਟੈਕਸ ਵੀ ਚਲੇ ਗਿਆ ਸੂਬੇ ਦਾ। ਅਸੀਂ ਸੂਬੇ ਦੇ ਤਾਂ ਪੰਜਾਬ ਦੇ ਰਹਿਣ ਵਾਲੇ ਹਾਂ, ਉਸ ਦੇ ਨਾਲ ਨਾਲ ਸਾਡਾ ਜਿਹੜਾ ਵਾ ਆਪਣੇ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਕਨੀ ਉਹ ਸ਼ੇਅਰ ਜਿਹੜਾ ਸਟੇਟਾਂ ਨੂੰ ਆਉਂਦਾ, ਸਾਡਾ ਸ਼ੇਅਰ ਵੀ ਚਲੇ ਗਿਆ। ਅਤੇ ਇਹ ਵਿਚਾਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ, ਗੱਡੀਆਂ ਪੰਜਾਬ ਦੀਆਂ ਸੀਗੀਆਂ ਅਤੇ ਰਜਿਸਟਰ ਹਰਿਆਣੇ 'ਚ ਹੁੰਦੀਆਂ ਸੀ, ਰੈਵਨਿਊ ਸਾਰਾ ਹਰਿਆਣੇ 'ਚ ਜਾਂਦਾ ਸੀਗਾ, ਅਤੇ ਹੁਣ ਅਗਰ ਮਾਨ ਸਰਕਾਰ ਨੇ ਜਿਹੜਾ ਫੈਸਲਾ ਲਿਆ ਤਾਂ ਹੁਣ ਰੈਵਨਿਊ ਪੰਜਾਬ ਦੇ ਵਿੱਚ ਆਵੇਗਾ। ਦੇਖੋ, ਫੈਸਲਾ ਸਰਕਾਰ ਨੇ ਨਹੀਂ ਲਿਆ, ਸਰਕਾਰ ਆਵਾਜ਼ ਤਾਂ ਚੁੱਕੀ ਹੈ, ਆਵਾਜ਼ ਚੁੱਕੀ, ਆਵਾਜ਼ ਅਫਸਰਾਂ ਤੱਕ ਪਹੁੰਚਾਈ, ਆਵਾਜ਼ ਧਰਨੇ ਵੀ ਲੱਗਦੇ ਰਹੇ ਆ, ਠੀਕ ਆ। ਕਹਿਣ ਦਾ ਮਕਸਦ ਇਹ ਆ, ਸਰਕਾਰ ਨੂੰ ਇੱਕ ਕਮੇਟੀ ਦਾ ਗਠਿਤ ਕਰਨਾ ਚਾਹੀਦਾ, ਸਾਡੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੰਗ ਆ, ਜਿਹਦੇ 'ਚ ਟੈਕਸੀ ਓਪਰੇਟਰ, ਬੱਸ ਓਪਰੇਟਰ, ਟਰੱਕ ਓਪਰੇਟਰ, ਇੱਕ ਕਮੇਟੀ ਦਾ ਗਠਿਤ ਹੋਣਾ ਚਾਹੀਦਾ ਵਾ। ਉਹ ਕਮੇਟੀ ਦੇ ਗਠਿਤ ਦੇ ਨਾਲ ਜਿਹੜੀਆਂ ਇਹਨਾਂ ਨੂੰ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ। ਉਹ ਹੱਲ ਦੇ ਨਾਲ ਜਿਹੜੇ ਕੀ ਆ ਆਪਣੇ ਜਿਹੜੇ ਟਰਾਂਸਪੋਰਟਰ ਆ ਉਹ ਖੁਸ਼ਹਾਲ ਹੋ, ਕਰਜ਼ੇ ਚੱਕ ਚੱਕ ਕੇ ਅੱਜ ਟਰਾਂਸਪੋਰਟਰ ਟੈਕਸ ਭਰ ਰਿਹਾ। ਇਹ ਉਹ ਜਿਹੜੇ ਬਲੈਕ ਲਿਸਟ ਹੋਈਆਂ ਹੋਈਆਂ ਨੇ ਗੱਡੀਆਂ ਜਾਂ ਜਿਹੜੇ ਡੈੱਡ ਪਏ ਸੀ ਉਹ ਟਰਾਂਸਪੋਰਟਰਾਂ 'ਚ, ਕੱਲ੍ਹ ਦਾ ਕੋਈ ਖੁਸ਼ੀ ਦਾ ਲਹਿਰ ਆ ਵੀ ਹਾਂ ਅਸੀਂ ਉੱਠਣ ਜੋਗੇ ਹੋ ਗਏ। ਪਿਛਲੀ ਜੇ ਮੈਂ ਗੱਲ ਕਰਾਂ 2021 ਦੀ, 3.5 ਲੱਖ ਵਾਹਨਾਂ ਦੀ ਪਾਸਿੰਗ ਪੈਂਡਿੰਗ ਚੱਲ ਰਹੀ ਸੀ ਪੰਜਾਬ ਦੇ ਵਿੱਚ, ਜਿਨ੍ਹਾਂ ਦੀ ਕਿ ਇਕੱਲੀ ਫਿਟਨੈਸ 'ਤੇ ਪੈਨਲਟੀ ਖੜੀ ਸੀ 1.5 ਲੱਖ ਰੁਪਈਆ। ਮਿਨਿਸਟਰੀ ਆਫ ਰੋਡ ਟਰਾਂਸਪੋਰਟ ਕੇਸ ਹਾਰ ਜਾਂਦੀ ਆ ਮਦਰਾਸ ਹਾਈ ਕੋਰਟ 'ਚ, ਸਾਡੀ ਸਟੇਟ ਕਹਿ ਰਹੀ ਆ ਵੀ ਸਾਨੂੰ ਵਿੱਤੀ ਦਾ ਲੌਸ ਹੋਵੇਗਾ। ਉਹ ਜਿਹੜੇ ਜਿੱਥੋਂ ਸਾਰਾ ਸਿਸਟਮ ਚੱਲਦਾ ਉਹੀ ਕੇਸ ਹਾਰ ਗਿਆ, ਅਤੇ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਨੇ ਉਹ ਵੀ ਲੜਾਈ ਲੜੀ। ਉਹ ਲੜਾਈ ਲੜ ਕੇ ਜਿਸ ਟਰਾਂਸਪੋਰਟਰ ਦੀ 1 ਲੱਖ ਰੁਪਈਆ ਪੈਨਲਟੀ ਖੜੀ ਸੀ, ਅਤੇ ਅੱਜ ਸਾਰੀ ਉਹ ਪੈਨਲਟੀ 10,000 ਰੁਪਈਆ ਰਹਿ ਗਈ 2021 'ਚ। ਉਹ ਉਹਨਾਂ ਨੇ ਟੈਕਸ ਵੀ ਭਰਤੇ, ਉਸ ਤੋਂ ਬਾਅਦ ਉਹਨਾਂ ਨੇ ਫਿਟਨੈਸ ਵੀ ਕਰਾ ਲਈ, ਉਸ ਤੋਂ ਬਾਅਦ ਉਹਨਾਂ ਨੇ ਪਰਮਿਟ ਵੀ ਚੱਕ ਲਏ, ਉਹ ਆਪਦਾ ਰੁਜ਼ਗਾਰ ਕਰਨ ਜੋਗੇ ਹੋ ਗਏ। ਸੋ ਸਰਕਾਰਾਂ ਨੂੰ ਜਾਂ ਟਰਾਂਸਪੋਰਟ ਵਿਭਾਗ ਨੂੰ, ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ, ਸਮੁੱਚੇ ਟਰਾਂਸਪੋਰਟ ਵਿਭਾਗ ਦਾ, ਸਰਕਾਰ ਦਾ, ਸਰਕਾਰਾਂ ਇਹ ਨੁਮਾਇੰਦੇ ਨੇ ਲੋਕਾਂ ਦੇ ਚੁਣੇ ਹੋਏ, ਚਾਹੇ ਕੋਈ MLA ਆ ਚਾਹੇ ਕੋਈ MP ਆ, ਲੋਕਾਂ ਦੀ ਸੁਣਵਾਈ ਕਰਨੀ ਚਾਹੀਦੀ ਆ। ਕਿਉਂਕਿ ਮੈਨੂੰ ਉਸ ਸਮੇਂ ਦੇ STC ਨੇ ਵੀ ਕਿਹਾ, ਸਟੇਟ ਟਰਾਂਸਪੋਰਟ ਕਮਿਸ਼ਨਰ ਨੇ, ਕਹਿੰਦਾ ਵੀ ਜਿੱਥੇ ਤੁਸੀਂ ਕੰਮ ਕਰ ਰਹੇ ਸੀ ਸ਼ਾਇਦ ਸਾਡੀ ਨੌਲੇਜ ਤੋਂ ਵੀ ਬਾਹਰ ਸੀ। ਉਸ ਸਮੇਂ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਦਾ ਕਹਿਣਾ ਸੀ ਜਾਂ ਜੋ ਤੁਸੀਂ ਕਰ ਰਹੇ ਹੋ ਇੱਕ ਬਹੁਤ ਵਧੀਆ ਕੰਮ ਕਰ ਰਹੇ ਹੋ ਜਾਂ ਬਹੁਤ ਵਧੀਆ ਕੰਮ ਕੀਤਾ, ਸ਼ਲਾਘਾਯੋਗ ਕੰਮ ਆ। ਸੋ ਕਹਿਣ ਦਾ ਮਤਲਬ ਅਸੀਂ ਕੋਈ ਇਹਦੇ 'ਚ ਵਡਿਆਈ ਨਹੀਂ ਚਾਹੁੰਦੇ ਜਾਂ ਕੋਈ ਇਹਦੇ 'ਚ ਸਾਡੀ, ਉਹ ਜਿਹੜਾ ਟਰਾਂਸਪੋਰਟਰ ਇੱਕ ਟੈਕਸ ਦੇ ਰਿਹਾ ਉਸ ਦੀ ਜਿਹੜੀ ਕਿ ਸੇਫਟੀ ਵੀ ਜ਼ਰੂਰੀ ਚਾਹੀਦੀ ਆ। ਸੋ ਇੰਨਾ ਹੀ ਮੈਂ ਫਿਰ ਇੱਥੇ ਕਹੂੰਗਾ ਵੀ ਜਿਹੜੇ ਹੋਰ ਵੀ ਜਿਹੜੀਆਂ ਸਾਡੀਆਂ ਮੁੱਦੇ ਨੇ ਜਾਂ ਉਹਨਾਂ ਲਈ ਵੀ ਜਿਹੜਾ ਸੰਘਰਸ਼ ਆ ਉਹ ਜਾਰੀ ਰਹੂਗਾ, ਚਾਹੇ ਉਹ ਟੈਕਸੇਸ਼ਨ ਸੋਧ ਬਿੱਲ। ਇੱਕ ਆਂਕੜਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪੰਜਾਬ ਦੇ ਕੁਛ ਆਂਕੜੇ ਆ, 100+ ਗੱਡੀਆਂ ਨੇ ਜਿਹੜੀਆਂ ਰਜਿਸਟਰਡ ਨੇ, ਔਰ ਹਰਿਆਣਾ ਦੀਆਂ 7,000 ਤੋਂ ਉੱਪਰ ਦਾ ਤੁਸੀਂ ਜ਼ਿਕਰ ਕਰ ਰਹੇ ਸੀ। ਮੇਰੇ ਖਿਆਲ ਤੁਸੀਂ ਇਹ ਕਹਿ ਰਹੇ ਸੀ ਕਿ ਕਿਤੇ ਨਾ ਕਿਤੇ ਇੱਧਰ ਦੇ ਜਿਹੜੇ ਲੋਕ ਹੈਗੇ ਨੇ ਉਹ ਉੱਧਰ ਜਾ ਕੇ ਗੱਡੀਆਂ ਦਾ ਜਿਹੜੇ ਰਜਿਸਟਰ ਕਰਾਉਂਦੇ। ਦੇਖੋ, 2017 ਤੋਂ ਬਾਅਦ
ਜਿਹੜਾ ਪੰਜਾਬ 'ਚ ਰਜਿਸਟਰਡ ਵਾਹਨਾਂ ਦਾ ਵੇਰਵਾ ਸੀ 200 ਤੋਂ ਸਿਰਫ 80 ਦਾ ਰਹਿ ਗਿਆ ਸੀ, ਅਤੇ ਜੇ ਨਾਲ ਦੀ ਸਟੇਟ ਦੀ ਗੱਲ ਕਰੀਏ ਉੱਥੇ ਹਜ਼ਾਰਾਂ 'ਚ 7000 ਤੋਂ 7500 ਸਿਰਫ 13 ਸੀਟਰ ਤੋਂ ਬਾਅਦ ਵਾਲੀਆਂ ਰਜਿਸਟਰਡ ਨੇ। ਇਸ ਤਰ੍ਹਾਂ ਹੀ ਹਿਮਾਚਲ 'ਚ 1000 ਤੋਂ ਉੱਤੇ ਪੈਸੇਂਜਰ ਵਹੀਕਲ ਇਹ ਰਜਿਸਟਰਡ ਆ, ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ 250 ਤੋਂ ਉੱਪਰ ਵਾਹਨ ਰਜਿਸਟਰਡ। ਮਤਲਬ ਟੈਕਸ ਦੀ ਸੀ ਸਿੱਧੇ ਤੌਰ 'ਤੇ? ਜੀ ਬਿਲਕੁਲ, ਟੈਕਸ ਦੀ ਵਜ੍ਹਾ ਸੀ ਵੀ ਇੱਕ ਫਲੈਟ ਟੈਕਸ ਸੀ, ਜਿਹੜਾ ਇੱਕ ਸਲੈਬ ਸੀ 2012 ਦੀ ਪੋਲਸੀ ਦੇ ਤਹਿਤ, ਜੋ 2012 ਦੀ ਜਿਹੜੀ ਪੋਲਸੀ ਸੀ ਉਸ ਦੇ ਤਹਿਤ। ਇਸ ਤੋਂ ਬਾਅਦ ਜਿਹੜਾ ਸਾਡਾ ਹੋਰ ਵੀ ਜਿਹੜੀਆਂ ਡਿਮਾਂਡਾਂ ਨੇਗੀਆਂ ਉਹ ਜ਼ਰੂਰ ਟੈਕਸੇਸ਼ਨ ਸੋਧ ਬਿੱਲ 2021 ਰੱਦ ਕਰਵਾਉਣਾ, ਜੋ ਕਿ ਇੱਕ ਬੰਦ ਕਮਰੇ ਦੇ ਵਿੱਚ ਕੁਝ ਕੁ ਅਫਸਰਾਂ ਨੇ ਬਣਾਇਆ ਟਰਾਂਸਪੋਰਟ ਵਿਭਾਗ ਦਿਆਂ ਨੇ। ਉਸ ਤੋਂ ਬਾਅਦ ਜਿਹੜਾ ਐਗਰੀਗੇਟਰ ਪੋਲਸੀ ਦਾ ਮੈਟਰ ਆ, ਜਿੰਨੀਆਂ ਐਪ ਕੰਪਨੀਆਂ ਚੱਲ ਰਹੀਆਂ ਓਲਾ ਉਬਰ ਬਲਾਵਲਾ ਵਰਗੀਆਂ, ਉਹਨਾਂ 'ਤੇ ਸ਼ਿਕੰਜਾ ਕੱਸਣਾ। ਉਸ ਦੇ ਨਾਲ ਨਾਲ ਹੀ ਜਿਹੜੀ ਉੜੀਸਾ ਦੀਆਂ ਜਜਮੈਂਟਾਂ ਨੇ, ਇੰਡੀਆ ਦਾ ਹਿੱਸਾ ਵਾ, ਇੰਡੀਆ ਦਾ ਹਿੱਸਾ ਵਾ, ਇੰਡੀਆ ਦੀ ਸਟੇਟ ਆ ਉੜੀਸਾ, ਉੱਤੇ ਜਿਹੜੀਆਂ ਜਜਮੈਂਟਾਂ ਨੇ ਉਹ ਸਟੇਟ ਦੇ ਵਿੱਚ ਲਾਗੂ ਕਰਾਉਣੀ। ਇੱਕ ਰੇਟ ਨੂੰ ਲੈ ਕੇ ਦੱਸੋਗੇ ਕਿੰਨਾ ਕੁ ਫਰਕ ਆ ਜਿਹੜਾ ਸੀਗਾ ਉਹ ਹੁਣ ਕਿੰਨੀ ਕੁ ਕਟੌਤੀ ਹੋਈ? ਦੇਖੋ 7825 ਨੂੰ ਜੇ ਤੁਸੀਂ ਕੈਲਕੂ ਗੁਣਾ ਕਰੋ, ਨੀਅਰ ਅਬਾਊਟ 17 ਸੀਟਰ ਦਾ ਟੈਕਸ ਬਣਦਾ ਸੀ 1,30,000 ਰੁਪਈਆ, ਨਾਲ ਦੀ ਸਟੇਟ 'ਚ ਸਾਰਾ ਸੀ 45,000 ਰੁਪਈਆ। ਹਾਂਜੀ, ਸੋ ਜਿੱਥੇ ਪੋਲਸੀ ਸੁਧਾਰਨ ਦੇ ਨਾਲ ਸਰਕਾਰ ਦੇ ਰੈਵਨਿਊ ਦਾ ਵਾਧਾ ਹੋਣਾ, ਉੱਥੇ ਇੱਕ ਟਰਾਂਸਪੋਰਟਰ ਦਾ ਵੀ, ਆਪਾਂ ਨੂੰ ਟੂਰਿਜ਼ਮ ਨੂੰ ਵਧਾਉਣਾ ਚਾਹੀਦਾ, ਨਾ ਕਿ ਉਹਨਾਂ ਨੂੰ ਟੂਰਿਜ਼ਮ ਨੂੰ ਦੱਬ ਕੇ ਰੱਖਣਾ ਚਾਹੀਦਾ ਵਾ। ਲੱਗਦਾ ਕਿਤੇ ਨਾ ਕਿਤੇ ਹੁਣ ਗੱਡੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਵਧਣਗੀਆਂ, ਜਿਹੜੀਆਂ ਹਰਿਆਣੇ ਨੂੰ ਜਾਂਦੀਆਂ ਸੀਗੀਆਂ ਰਜਿਸਟਰਡ ਕਰਾਉਣ ਦੇ ਲਈ, ਉਹ ਹੁਣ ਪੰਜਾਬ ਦੇ ਵਿੱਚ ਹੀ ਹੋਣਗੀਆਂ? ਬਿਲਕੁਲ ਵਧਣਗੀਆਂ ਜੀ। ਮੈਂ ਦੇਖੋ AITP ਰੂਲ ਨੇ 2021 ਦੇ, ਉਹਦੇ 'ਤੇ ਵੀ ਗੱਲਬਾਤ ਚੱਲ ਰਹੀ ਆ, ਉਹਨੂੰ ਔਨਲਾਈਨ ਕਰਾਉਣ ਦੀ ਵੀ ਮਹਿਕਮੇ ਵੱਲੋਂ ਮੈਸੇਜ ਆਏ ਆ ਵੀ ਆਪਾਂ ਇੱਕ ਮੀਟਿੰਗ ਕਰਕੇ ਉਸ ਨੂੰ ਔਨਲਾਈਨ ਕਰੀਏ, ਵੀ ਉਸ 'ਚ ਆਪਸ਼ਨੇਬਲ 2021 ਤੋਂ ਰੱਖੀ ਹੋਈ ਆ। ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਸਹਿਮਤੀ ਨਾਲ ਰੱਖੀ ਗਈ ਸੀ, ਉਹ ਪਿਛਲੀਆਂ ਸਰਕਾਰਾਂ 'ਚ ਵੀ ਧਰਨੇ ਲੱਗਦੇ ਰਹੇ ਆ। ਉਹ ਆਪਸ਼ਨੇਬਲ ਤਾਂ ਰੱਖੀ ਗਈ ਸੀ ਕਿਉਂਕਿ ਪੋਰਟਲ ਚੱਕਤਾ ਸੀ ਆਥੋਰਾਈਜੇਸ਼ਨ ਦਾ 1 ਅਪ੍ਰੈਲ ਤੋਂ, ਜਦੋਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦੀ ਪੋਲਸੀ ਆਈ ਆ GSR 166, ਉਹ ਪੋਰਟਲ ਚੱਕਤਾ, ਫਿਰ ਧਰਨੇ ਲੱਗੇ ਟਰਾਂਸਪੋਰਟ ਮੰਤਰੀਆਂ ਦੇ ਘਰ ਦੇ ਬਾਹਰ ਵੀ ਲੱਗੇ 2021 'ਚ। ਉਸ ਤੋਂ ਬਾਅਦ ਉਹ ਆਪਸ਼ਨੇਬਲ ਕਰਤਾ ਸੀ ਵੀ ਜਿਸ ਨੇ 20,000, 30,000, 80,000 ਭਰ ਕੇ ਲੈਣਾ ਪਰਮਿਟ ਉਸ ਤਰ੍ਹਾਂ ਲੈ ਸਕਦਾ, ਜਾਂ ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਸੀ ਉਸ ਤਰ੍ਹਾਂ ਚੁੱਕ ਸਕਦਾ। ਉਹ GSR 302 ਦੀ ਸੋਧ ਕੀਤੀ ਸੈਂਟਰ ਦੀ ਸਰਕਾਰ ਨੇ, ਫਿਰ ਉਸ 'ਤੇ ਵੀ ਜਿਹੜੀਆਂ ਔਨਲਾਈਨ ਕਰਾਉਣ ਦੀਆਂ ਜਾਂ ਕੋਈ ਵੀ ਕਿਸੇ ਦਾ ਲੌਸ ਨਾ ਹੋਵੇ, ਚਾਹੇ ਉਹ ਟਰਾਂਸਪੋਰਟਰ ਆ ਚਾਹੇ ਉਹ ਸਰਕਾਰ ਆ, ਵੀ ਜੇ ਫਾਇਦਾ ਹੁੰਦਾ ਹੋਊਗਾ ਤਾਂ ਜ਼ਰੂਰ ਉਹ ਸਰਕਾਰ ਦੇ ਨਾਲ, ਪੰਜਾਬ ਸਰਕਾਰ ਨਾਲ ਰਾਬਤਾ ਕਰਾ ਕੇ ਉਹ ਉਸ ਨੂੰ ਵੀ ਔਨਲਾਈਨ ਦੀ ਜਿਹੜੀ ਗੱਲ ਕੀਤੀ ਜਾਊ। ਲੱਗਦਾ ਇਹ ਡਿਮਾਂਡਸ 'ਤੇ ਜਿੱਤ ਹੋਈ ਹੈ? ਬਿਲਕੁਲ ਜਿੱਤ ਹੋਈ ਆ ਜੀ, ਉਹ ਲੋਕਾਂ ਦੀ ਜਿੱਤ ਹੋਈ ਆ, ਆਜ਼ਾਦ ਟੈਕਸੀ ਯੂਨੀਅਨ ਪੰਜਾਬ ਨੂੰ ਜਿਹੜੇ ਸਪੋਰਟ ਕਰਦੇ ਆ, ਉਸ ਇਕੱਲੇ ਜ਼ਿਲ੍ਹਾ ਪ੍ਰਧਾਨ ਦੀ, ਕਮੇਟੀਆਂ ਦੀ, ਉਹ ਇਕੱਲੇ ਮੈਂਬਰਾਂ ਦੀ ਜਿੰਨੇ ਪੂਰੇ ਪੰਜਾਬ ਦੇ ਵਿੱਚੋਂ ਸਾਡੇ ਨਾਲ ਤੁਰਦੇ ਆ ਆਉਂਦੇ ਆ, ਉਹਨਾਂ ਨੂੰ ਮੁੱਦੇ ਦਾ ਪਤਾ ਵੀ ਮੁੱਦੇ 'ਤੇ ਲੜਾਈ ਆ, ਮੁੱਦੇ 'ਤੇ ਹੀ ਲੜਾਈ ਸਦਾ ਹੀ, ਆਉਣ ਵਾਲੇ ਸਮੇਂ 'ਚ ਵੀ ਮੁੱਦੇ 'ਤੇ ਲੜਾਈ ਰਹੂਗੀ।